ਸੋ ਹੇ ਗਾਇਸ ਵੈਲਕਮ ਬੈਕ ਟੂ ਸੋਨੀ ਦਾ ਗੁੱਡ ਵਲੌਗਸ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਹਾਂਜੀ ਹਾਂਜੀ, ਆਪਾਂ ਬਹੁਤ ਵਧੀਆ ਤੁਹਾਡੇ ਪਿਆਰ ਤੇ ਤੁਹਾਡੇ ਦੁਆ ਦੇ ਨਾਲ। ਸੋ ਮੇਰੇ ਸੱਜਣ ਪਿਆਰੇ, ਆਪਾਂ ਅੱਜ ਆ ਗਏ ਤਿਆਰ ਬਰ ਤਿਆਰ ਕਮੈਂਟ ਵਾਲੀ ਵੀਡੀਓ ਲੈ ਗਏ, ਕਿਉਂਕਿ ਕਾਫੀ ਟਾਈਮ ਹੋ ਗਿਆ ਕਮੈਂਟ ਆਪਾਂ ਪੜ੍ਹੇ ਨਹੀਂ, ਚੱਜ ਨਾਲ ਤੁਹਾਨੂੰ ਸਾਰਿਆਂ ਦੇ ਰਿਪਲਾਈ ਨਹੀਂ ਕੀਤੇ। ਸੋ ਇੱਥੇ ਮੰਮੀ ਆ ਗਏ ਤਿਆਰ ਹੋ ਕੇ, ਕਿਉਂਕਿ ਮੰਮੀ ਨੇ ਜਾਣਾ ਇਸ ਤੋਂ ਬਾਅਦ ਹੋਸਪਿਟਲ। ਸੋ ਮੰਮੀ ਕਹਿੰਦੇ ਕਿ ਮੈਂ ਫਟਾਫਟ ਵੀਡੀਓ ਬਣਾਵਾਂ, ਸਭ ਦੇ ਪਿਆਰੇ ਪਿਆਰੇ ਕਮੈਂਟ ਰੀਡ ਕਰਾਂ ਤੇ ਤੁਹਾਨੂੰ ਸਾਰਾ ਰਿਪਲਾਈ ਦੇ ਕੇ ਫਿਰ ਆਪਾਂ ਜਾਈਏ ਹੋਸਪਿਟਲ। ਸੋ ਮੰਮੀ ਪਹਿਲਾ ਕਮੈਂਟ ਕੀ ਹੈ ਜੀ? ਹਰਪ੍ਰੀਤ ਜੀ ਦਾ ਪਹਿਲਾ ਕਮੈਂਟ ਹੈ, ਹਰਪ੍ਰੀਤ ਜੀ ਲਾਲੀ, ਬਹੁਤ ਸੋਹਣੀ ਡਰੈਸਿਸ ਸੀ ਬੇਬੀ ਦੀਆਂ, ਬਾਬਾ ਜੀ ਬਸ ਜਲਦੀ ਜਲਦੀ ਖੁਸ਼ੀਆਂ ਵਾਲਾ ਟਾਈਮ ਲੈ ਕੇ ਆਉਣ। ਓ ਮਾਈ ਗੋਡ, ਥੈਂਕ ਯੂ ਸੋ ਮਚ। ਇਹ ਬਸ ਕੁਝ ਕੁ ਦਿਨਾਂ ਦੀ ਰਹੀ ਬਸ ਕਹਾਣੀ, ਫਿਰ ਖੁਸ਼ੀਆਂ ਹੀ ਖੁਸ਼ੀਆਂ ਤੇ ਤੁਹਾਨੂੰ ਸਾਰਿਆਂ ਨੂੰ ਵੀ ਉਹ ਖੁਸ਼ੀਆਂ ਦੇ ਵਿੱਚ ਨਾਲ ਇਨਕਲੂਡ ਕਰਾਂਗੇ। ਇੱਥੇ ਯਾਦ ਵੀ ਆ ਚੁੱਕੇ ਪਿਆਰ ਬਤੇ। ਮਨਦੀਪ ਕੌਰ ਬਰਾੜ ਜੀ ਦਾ ਕਮੈਂਟ ਹੈ, ਵਾਹਿਗੁਰੂ ਜੀ ਤੁਹਾਡੀ ਸਾਰੀ ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਮੈਂ ਆਸਟ੍ਰੇਲੀਆ ਤੋਂ ਆ, ਡੇਲੀ ਟਾਈਮ ਕੱਢ ਕੇ ਵਲੌਗ ਦੇਖਦੀ ਆ। ਕੀ ਬਾਤ ਹੈ ਯਾਰ, ਥੈਂਕ ਯੂ ਸੋ ਮਚ। ਔਰ ਇੰਨੀ ਸਟ੍ਰੈਸਫੁਲ ਲਾਈਫ ਦੇ ਵਿੱਚ ਵੀ ਤੁਸੀਂ ਟਾਈਮ ਕੱਢ ਕੇ ਵਲੌਗ ਦੇਖਦੇ ਹੋ, ਥੈਂਕ ਯੂ ਸੋ ਮਚ। ਪਰਮਾਤਮਾ ਤੁਹਾਨੂੰ ਖੂਬ ਸਾਰੀ ਤਰੱਕੀ ਦੇਵੇ ਬੇਟਾ, ਥੈਂਕ ਯੂ ਸੋ ਮਚ। ਕਨਿਕਾ ਮਾਰਵਾ ਜੀ ਦਾ ਕਮੈਂਟ ਹੈ, ਲਵ ਯੂ ਸੋਨੀਆ ਜੀ, ਔਸਮ ਵਲੌਗ, ਮੈਂ ਤੁਹਾਡੇ ਨਾਲ ਜ਼ਿੰਦਗੀ ਵਿੱਚ ਇੱਕ ਵਾਰ ਤਾਂ ਗੱਲ ਕਰਨੀ ਹੀ ਹੈ। ਮੈਂ ਹਰ ਰੋਜ਼ ਕਮੈਂਟ ਕਰਦੀ ਹਾਂ ਤੁਹਾਡੇ ਤੇ ਅਰਮਾਨ ਲੀਰੇ ਦੇ ਵਲੌਗ ਤੇ, ਮੇਰਾ ਇੰਸਟਾਗ੍ਰਾਮ ਨਹੀਂ, ਸਨੈਪਚੈਟ ਤੇ ਕਿਵੇਂ ਕਰਨੀ ਆ ਗੱਲ ਦੱਸ ਦਿਓ ਪਲੀਜ਼। ਸਨੈਪਚੈਟ ਤੇ, ਹਾਂ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਕਿਉਂਕਿ ਸਨੈਪਚੈਟ ਤੇ ਮੰਮੀ ਘੱਟ ਐਕਟਿਵ ਹੁੰਦੇ ਆ ਤੇ ਇੰਸਟਾਗ੍ਰਾਮ ਤੇ ਜ਼ਿਆਦਾ ਹੁੰਦੇ ਆ। ਸੋ ਅਗਲਾ ਕਮੈਂਟ ਮੈਂ ਪੜਦਾ ਯਾਰ, ਕਸਮ ਇੱਕ ਘਰ ਨੋਟਿਸ ਕੀਤੀ ਆ ਮੰਮੀ ਯਾਰ, ਜਦੋਂ ਤੇ ਤੁਸੀਂ ਤੇ ਮੈਂ ਖੁੱਲ ਕੇ ਆਏ ਆ ਨਾ, ਭਈਆਂ ਨੂੰ ਲੋਕੀ ਘੱਟ ਪੁੱਛਦੇ ਹੋਏ ਆ। ਕੋਈ ਗੱਲ ਨਹੀਂ ਯਾਰ, ਅਰਮਾਨ ਠਾਕੁਰ ਘੱਟ ਜੇ ਆ ਥੋੜਾ ਯਾਰ, ਕੋਈ ਰੋਲ ਨਹੀਂ। ਜਦੋਂ ਕਮੈਂਟ ਪੜੋ, ਸੋਰੀ ਫੋਰ ਡਿਸਟਰਬ ਯੂ ਮੰਮੀ, ਸੁਣ ਲੈ ਮੈਂ ਕਹਿਣ ਕੀ ਲੱਗੀ ਆ, ਸੁਣ ਕੇ ਬਾਅਦ ਬੋਲੀ। ਕੁੜੀ ਦਾ ਫੇਸ ਉਤਰਿਆ ਆ, ਬੈਠੀ ਦੀ ਇਹਨਾਂ ਨੂੰ ਫਟਾਫਟ ਹਸਪੀਟਲ ਲੈ ਕੇ ਜਾਣਾ, ਮੈਂ ਜਲਦੀ ਜਲਦੀ 10 ਮਿੰਟ ਦਾ ਵਲੌਗ ਬਣਾ ਕੇ ਲੈ ਕੇ ਜਾਣਾ। ਮੈਂ ਇਸ ਕਰਕੇ ਜਾਂਦੀ ਵੀ ਵਿੱਚ ਲੰਬਾ ਨਾ ਖਿੱਚ, ਮੈਂ ਬਾਅਦ ਵਿੱਚ ਆ ਕੇ ਇੱਕ ਹੋਰ ਬਣਾ ਲਾਂਗੀ। ਠੀਕ ਹੈ, ਸੁਮਨ ਜੀ ਦਾ ਕਮੈਂਟ ਹੈਗਾ ਵਾ, ਫਰਸਟ ਕ੍ਰਾਈ ਸੇ ਯਾਦੂ ਕੀ 90 ਲੈ ਲਓ। ਤੇ ਕੋਈ ਐਪ ਜੋ ਲੱਡੂ ਕੇ ਕਪੜੇ ਮੰਗਾਏ ਤੁਹਾਨੂੰ? ਅੱਛਾ ਐਪ ਆਈ, ਕੋਈ ਐਪ ਮੈਨੂੰ ਨਹੀਂ ਪਤਾ ਸੀਗਾ। ਓਕੇ, ਵਹਾਂ ਸੇ ਯਾਦੂ ਕੇ ਲਈ 90 ਮੰਗਾ ਲਓ, ਮੈਂ ਵੀ ਵਹਾਂ ਸੇ ਹੀ ਮੰਗਾਤੀ ਹੂੰ, ਲੁੱਕ ਸੇਮ ਲਾਈਕ ਅ ਯਾਦਵੀ, 2 ਇਅਰ ਸੇ ਨਿਕਲ ਗਈ ਹੈ ਯੇ ਐਪ। 2 ਸਾਲ ਪਹਿਲੇ 90 ਮੰਗਾਈ ਥੀ, ਅਭੀ ਤੱਕ ਵੋ 90 ਵੈਸੀ ਕੇ ਵੈਸੀ ਹੈ। ਹਾਂ ਤੋ ਬੇਟਾ, ਉਹ ਦੇਖ ਕੇ ਕੋਰਨਰ ਕਰ ਲਓ, ਠੀਕ ਹੈ? ਉਸਕਾ ਸਟੋਰ ਵੀ ਆਪ ਆਪਣੇ ਸਟੋਰ ਵੀ ਹੈ, ਸਟੋਰ ਵੀ ਹੈ। ਚਲੋ ਹੁਣ ਜਾਣਾ ਨਹੀਂ ਆਪਾਂ ਸਟੋਰ। ਥੈਂਕ ਯੂ ਫੋਰ ਦੀ ਬਿਊਟੀਫੁਲ ਕਮੈਂਟ, ਤੁਸੀਂ ਸੁਜੈਸਟ ਕੀਤਾ, ਕਿਉਂਕਿ ਅਸੀਂ ਨਾ ਸੋਚਦੇ ਪਏ ਸੀ ਸਾਨੂੰ ਬਣਵਾਣੀ ਪੈਣੀ, ਸੋ ਹੁਣ ਜਾਂਦੇ ਆ, ਸਟੋਰ ਵੀ ਹੈਗਾ ਇੱਥੇ, ਸਟੋਰ ਤੇ ਜਾਣਾ ਪਈਆ। ਸੋ ਥੈਂਕ ਯੂ ਸੋ ਮਚ। ਹਰਪ੍ਰੀਤ ਕੌਰ ਜੀ ਦਾ ਕਮੈਂਟ ਹੈਗਾ ਵਾ, ਨਾਈਸ ਵਲੌਗ, ਲਵ ਯੂ ਮਾਂ, ਥੈਂਕ ਯੂ ਸੋ ਮਚ, ਲਵ ਯੂ ਟੂ, ਮੇਰੀ ਮੰਮੀ ਵੱਲੋਂ। ਗੋਡ ਬਲੈਸ ਯੂ ਬੱਚਾ। ਗੁਰਲੀਨ ਕੌਰ ਜੀ ਦਾ ਕਮੈਂਟ ਹੈਗਾ ਵਾ, ਹੈਲੋ ਸੋਨੀਆ ਮਾਂ, ਤੁਸੀਂ ਗੁੱਸਾ ਘੱਟ ਕਰਿਆ ਕਰੋ, ਸਿਹਤ ਲਈ ਠੀਕ ਨਹੀਂ ਹੁੰਦਾ, ਐਂਡ ਬਾਕੀ ਲਵ ਯੂ ਠਾਕੁਰ ਫੈਮਿਲੀ ਨੂੰ, ਸੋਨਾ ਬਹੁਤ ਸਵੀਟ ਹੈ ਐਂਡ ਯਾਦ ਵੀ ਬਹੁਤ ਕਿਊਟ ਹੈ। ਮੈਂ ਸੋਨਾ, ਮੈਂ ਕਿੰਨਾ ਗੁੱਸਾ ਹੋਣੀ ਹੈ, ਇਹ ਸਿਰਫ ਵਲੌਗ ਕੇ ਲਈ ਇੱਕ ਹੁੰਦਾ ਹੈ, ਬਾਕੀ ਮਮਾ ਕਿਸੇ ਬੱਚਿਆਂ ਨੂੰ ਵੀ ਗੁੱਸਾ ਨਹੀਂ ਕਰਦਾ। ਇਹ ਵਾਲਾ ਕੰਟੈਂਟ ਹੁੰਦਾ ਯਾਰ, ਇੱਕ ਪਿਆਰਾ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹਸਾਣਾ ਹੁੰਦਾ, ਹਸਾਣਾ ਹੁੰਦਾ, ਬਾਕੀ ਨਾਰਮਲੀ ਘਰ ਵਿੱਚ ਵੱਡੀਆਂ ਦਾ ਹਰ ਬੱਚੇ ਨੂੰ ਡਾਂਟ ਕੇ ਰੱਖਣਾ ਪੈਂਦਾ, ਸਮਝਾ ਕੇ ਰੱਖਣਾ ਪੈਂਦਾ ਐਜ਼ ਏ ਮਦਰ। ਮੈਨੂੰ ਇਸ ਚੀਜ਼ ਦਾ ਪਤਾ, ਜਿਹੜੀਆਂ ਮੰਮੀਆਂ ਮੈਨੂੰ ਦੇਖਦੀਆਂ ਉਹਨਾਂ ਨੂੰ ਵੀ ਪਤਾ। ਸੋ ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਮੇਰੇ ਚ ਗੁੱਸਾ ਹੈ ਜਾਂ ਮੈਂ ਓਵਰ ਕੁਛ ਇਦਾਂ ਹੈ। ਮੈਂ ਵਹਾਂ ਪਿਆਰ ਸੇ ਹਮਸੇ ਬਾਤੇਂ ਕਰਤੇ ਹੈਂ, ਔਰ ਇੱਕ ਇੱਕ ਚੀਜ਼ ਜਿਸਕੋ ਸਮਝਾਨੇ ਵਾਲੇ ਤੋ ਵੋ ਪਿਆਰ ਸੇ ਸਮਝਾਤੇ ਹੈਂ, ਐਸਾ ਨਹੀਂ ਹੈ। ਮਹਿਕ ਜੀ ਦਾ ਕਮੈਂਟ ਹੈਗਾ ਵਾ, ਨਾਈਸ ਵਲੌਗਸ, ਥੈਂਕ ਯੂ ਸੋ ਮਚ। ਅੱਗੇ ਰੇਮਾ ਠਾਕੁਰ ਜੀ ਦਾ ਕਮੈਂਟ ਹੈਗਾ ਵਾ, ਨਾਈਸ ਵਲੌਗ, ਬਹੁਤ ਅੱਛੇ ਕੱਪੜੇ ਹੈ, ਗੋਡ ਬਲੈਸ ਯੂ, ਮਾਤਾ ਰਾਣੀ ਹਮੇਸ਼ਾ ਖੁਸ਼ ਰੱਖੇ ਤੁਹਾਨੂੰ, ਥੈਂਕ ਯੂ। ਸੰਧੂ ਜੀ ਦਾ ਕਮੈਂਟ ਹੈਗਾ ਵਾ, ਨਾਈਸ ਵਲੌਗ ਮਾਂ, ਕਿਊਟ ਫੈਮਿਲੀ, ਗੋਡ ਬਲੈਸ ਯੂ। ਅੱਗੇ ਫਿਰ ਲਵ ਯੂ ਸੋਨੀਆ ਮਾਂ, ਮਾਇਆਦੀਪ ਜੀ, ਮਾਇਆਦੇਵ ਜੀ ਦਾ ਕਮੈਂਟ ਹੈ, ਮਾਇਆ ਜੀ ਗੋਡ ਬਲੈਸ ਯੂ। ਤੇ ਮਾਹੀ ਜੀ ਦਾ ਕਮੈਂਟ ਹੈਗਾ ਵਾ, ਮਾਂ ਗੈਟ ਵੈਲ ਸੂਨ, ਨਜ਼ਰ ਉਤਵਾ ਲਓ ਆਪਣੀ, ਨਜ਼ਰ ਲੱਗ ਗਈ ਹੈ ਤੁਹਾਨੂੰ, ਲਵ ਯੂ ਠਾਕੁਰ ਫੈਮਿਲੀ, ਥੈਂਕ ਯੂ ਬੇਟਾ, ਗੋਡ ਬਲੈਸ ਯੂ। ਮੰਮੀ ਨਜ਼ਰ ਕੋਣ ਉਤਾਰੇਗਾ ਹੁਣ? ਮੈਂ ਇਹ ਨੂੰ ਹੀ ਪਛਾਣ ਲਿਆ। ਮੈਂ ਰਾਦਾ, ਹਾਂ ਤੂੰ ਲਾ, ਤੂੰ ਹੀ ਲਾ ਕਾਲਾ ਬਾਬਾ ਜੀ। ਚਲੋ ਕਿੱਥੇ ਹੋ? ਓਨ ਕਾਲੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ,
ਕਾਲੀ ਦੇ ਵਿਆਹ ਤੇ ਮੈਨੂੰ ਬਣਾਤਾ ਮੰਮੀ ਮੈਂ ਵੀ ਜਾ ਕੇ ਪੈਟ ਪੜ ਲਾਂ ਆ ਜਾ ਇੱਕ ਲੈ ਚੋਪੀ ਮਾਗੀ ਮੈਂ ਮੇਰਾ ਅੰਚੂ ਟੇਬਲ ਟੋਟੇ ਆਣਾ ਉਹਦਾ ਗੱਚ ਦਾ ਮੇਰੀ ਕੁੜੀ ਲੋਗੀ ਵਿੱਚ ਕਪੜੇ ਬੇਬੀ ਹੋਣੇ ਸੇ ਪਹਿਲੇ ਨਹੀਂ ਲੇਤੇ ਕਿਉਂਕਿ ਪਹਿਲਾਂ ਪੁਰਾਣਾ ਕੱਪੜਾ ਪਾਉਂਦੇ ਨੇ ਓਕੇ ਪੁਰਾਣਾ ਸਪੈਲਿੰਗ ਨਿਕਲਦਾ ਹਰ ਇੱਕ ਦੇ ਆਪਣੇ ਆਪਣੇ ਰਿਚੁਅਲਸ ਹੈ ਹਰ ਇੱਕ ਆਪਣੇ ਤਰੀਕੇ ਨਾਲ ਚੱਲਦਾ ਆ ਮੇਰੇ ਘਰ ਚ ਮੈਂ ਨਹੀਂ ਪਾਉਣੇ ਮੈਂ ਲੱਡੂ ਨੂੰ ਵੀ ਨਵੇਂ ਪਵਾਏਗੀ ਮੈਂ ਆਪਣੇ ਕਾਕੇ ਨੂੰ ਵੀ ਨਵੇਂ ਪਵਾਉਣੇ ਆ ਸੋ ਇਹ ਪਿਛਲੀਆਂ ਚੀਜ਼ਾਂ ਨੇ ਪਹਿਲੇ ਤੇ ਫਿਰ ਇਹ ਵੀ ਨਹੀਂ ਸੀ ਹੁੰਦਾ ਆਪਰੇਸ਼ਨ ਵੀ ਨਹੀਂ ਸੀ ਹੁੰਦੇ ਨੋਰਮਲ ਬੱਚੇ ਹੁੰਦੇ ਸੀ ਪਹਿਲੇ ਦਾ ਤੇ ਹੁਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਚੀਜ਼ਾਂ ਬਿਲਕੁਲ ਬੇਕਾਰ ਹੈ ਰਾਤ ਨੂੰ ਅਗਰ ਬੇਬੀ ਦੀ ਡਿਲੀਵਰੀ ਹੁੰਦੀ ਹੈ ਮੈਨੇ ਵੀ ਨਵੇਂ ਕੱਪੜੇ ਪਹਿਨੇ ਮੰਮਾ ਪੈਦਾ ਹੋਈ ਅੱਛਾ ਸੋਨਾ 21 ਸਾਲ ਦੀ ਹੋ ਗਈ 21 ਸਾਲ ਲੱਗਿਆ ਹੋਇਆ 21 ਸਾਲ ਪਹਿਲੇ ਵੀ ਨਵੇਂ ਕੱਪੜੇ ਪਾਏ ਹੈ ਸੋਚੋ ਤੁਸੀਂ ਤੇ ਫਿਰ ਇਹ ਪੁਰਾਣੀਆਂ ਘੋਸਲੇ ਹੁਣ ਮੈਂ ਇਹਨਾਂ ਚੀਜ਼ਾਂ ਨੂੰ ਮੰਨ ਕੇ ਚੱਲਦੀ ਪਰਮਾਤਮਾ ਦੀ ਨਜ਼ਰ ਸਵੱਲੀ ਚਾਹੀਦੀ ਹੈ ਰੱਬ ਅੱਗੇ ਹੱਥ ਜੋੜ ਕੇ ਨੀਵੀ ਹੋ ਕੇ ਚੱਲੋ ਪਰਮਾਤਮਾ ਸਭ ਵਧੀਆ ਹੀ ਕਰਦਾ ਕੁੱਕ ਵਿਦ ਅਰਪਣਾ ਜੀ ਦਾ ਕਮੈਂਟ ਹੈਗਾ ਵਾ ਯਾਦਵੀ ਭਾਬੀ ਐਂਡ ਸੋਨਾ ਭਾਬੀ ਮੈਂ ਇੱਕ ਬਾਤ ਬੋਲਣਾ ਚਾਹਤੀ ਹੂੰ ਆਪ ਦੋਨੋਂ ਕੋ ਆਂਟੀ ਜੀ ਕੀ ਨਜ਼ਰ ਉਤਾਰੋ ਹੇਟਰਸ ਕੀ ਬੁਰੀ ਨਜ਼ਰ ਲੱਗ ਗਈ ਹੈ ਆਂਟੀ ਜੀ ਤੁਸੀਂ ਹੇਟਰਾਂ ਦੀ ਗੱਲਾਂ ਨੂੰ ਲੈ ਕੇ ਟੈਨਸ਼ਨ ਨਾ ਲਿਆ ਕਰੋ ਬਾਬਾ ਜੀ ਆਲਵੇਸ ਬਲੈਸ ਯੂ ਆਂਟੀ ਜੀ ਲਵ ਯੂ ਆਲ ਫੈਮਿਲੀ ਮੈਂਬਰ ਕੁੱਕ ਵਿਦ ਅਰਪਣਾ ਬੇਟਾ ਰਿੰਕੀ ਜੀ ਦਾ ਜਿਹਨਾਂ ਲਿਖਿਆ ਸੋਨੀਆ ਮਾਂ ਹਮਾਰੇ ਯਹਾਂ ਸੋਨੀਆ ਮਾਂ ਹਮਾਰੇ ਯਹਾਂ ਕਿਆ ਕਹਿਤੇ ਹੈ ਕਿ ਬੱਚੋ ਕੇ ਆਨੇ ਸੇ ਪਹਿਲੇ ਉਨਕੇ ਲਿਏ ਸ਼ੋਪਿੰਗ ਬੱਚੇ ਨੂੰ ਇੱਦਾਂ ਨੰਗੂ ਪੰਗੂ ਰੱਖਾਂਗੀ ਟੋਵਲ ਦੇ ਵਿੱਚ ਸੋ ਮੈਂ ਪਾਗਲ ਨਹੀਂ ਹੈਗੀ ਜੋ ਮੈਂ ਕਰਦੀ ਪਈ ਆ ਬਹੁਤ ਸੋਚ ਸਮਝ ਕੇ ਕਰਦੀ ਪਈ ਆ ਔਰ ਨਵੇਂ ਕੱਪੜੇ ਵੀ ਪੁਰਾਣੇ ਪਾਉਣੇ ਪੁਰਾਣੇ ਕੱਪੜੇ ਪਵਾਓ ਪਹਿਲੇ ਨਹੀਂ ਲੈਂਦੇ ਅੱਜ ਕੱਲ 4D ਸਕੈਨ ਚੱਲ ਪਈ ਹੈ ਗਾਇਸ ਪਰਮਾਤਮਾ ਦੀ ਮੇਹਰ ਹੈ ਡਾਕਟਰ ਕੋ ਹਰ ਚੈੱਕਅਪ ਕਰਾਉਂਦੇ ਪਏ ਆ ਉਹ ਬੇਬੀ ਨੂੰ ਸੰਭਾਲਣ ਵਾਲੇ ਇਹ ਦੇਖੋ ਸਾਰੇ ਇਹਨੇ ਬੈਠੇ ਹੋਏ ਆ ਮੇਰੇ ਵਾਸਤੇ ਇਸ ਟਾਈਮ ਤੇ ਜ਼ਰੂਰੀ ਸਿਰਫ ਯਾਦਵੀ ਹੈ ਬੱਚੇ ਦੀ ਗੱਲ ਤੇ ਬੱਚਾ ਸਾਡਾ ਰੱਬ ਦੀ ਦਇਆ ਨਾਲ ਔਖਾ ਕਿਸੇ ਦੀ ਗੰਦੇ ਬੰਦੇ ਦੀ ਨਜ਼ਰ ਨਾ ਲੱਗੇ ਆਪਣੇ ਸਭ ਕੁਝ ਚੰਗਾ ਹੀ ਕਰਨਾ ਕਿਉਂਕਿ ਮੈਨੂੰ ਪਤਾ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਦੀ ਕੀਤਾ ਤੇ ਪਰਮਾਤਮਾ ਮੇਰੇ ਨਾਲ ਕਦੀ ਗਲਤ ਨਹੀਂ ਕਰ ਸਕਦਾ ਸਭ ਕੁਝ ਔਖੀ ਹੈ ਮੈਂ ਜੋ ਕਰਦੀ ਪਈ ਹਾਂ ਬਹੁਤ ਸੋਚ ਸਮਝ ਕੇ ਕਰਦੀ ਪਈ ਹਾਂ ਇਹ ਘੋਸਲੇਬਾਜ਼ੀਆਂ ਮੇਰੇ ਕੋਲ ਨਹੀਂ ਹੁੰਦੀਆਂ ਨਾ ਮੈਨੂੰ ਆਉਂਦੀਆਂ ਕਿ ਮੈਂ ਪੁਰਾਣਾ ਕੱਪੜਾ ਪਹਿਲਾਂ ਕਿਸੇ ਦਾ ਲੱਭਾਂ ਮੈਂ ਆਪਣੇ ਬੱਚੇ ਨੂੰ ਪਵਾਉਣਾ ਉਹਦੇ ਨਾਲ ਕੀ ਹੋਣਾ ਅੱਜ ਤੋਂ 21 ਸਾਲ ਪਹਿਲੇ ਜੋ ਬੱਚੇ ਦਾ ਬੋਰਨ ਹੋਇਆ ਉਹਨੇ ਵੀ ਨਵਾਂ ਕੱਪੜਾ ਪਾਇਆ
21 ਸਾਲ ਬਾਅਦ ਜਨਰੇਸ਼ਨ ਕਿੰਨੀ ਅੱਗੇ ਹੈ, ਠੀਕ ਹੈ। ਬਾਕੀ ਜਦੋਂ ਆਪਾਂ ਗੋਦ ਭਰਾਈ ਕਰਦੇ ਹਾਂ, ਪਹਿਲਾਂ ਹੁੰਦੀ ਹੈ ਸਾਡੇ ਵਿੱਚ ਕਹਿੰਦੇ ਰੀਤਾਂ, ਫਿਰ ਇੱਕ ਨਾਮ ਹੁੰਦਾ ਗੋਦ ਭਰਾਈ। ਜਦੋਂ ਰੀਤਾਂ ਗੋਦ ਭਰਾਈ ਕਰਦੇ ਸੀਗੇ ਨਾ, ਉਦੋਂ ਵੀ ਮਤਲਬ ਸਿੰਪਲ ਤਰੀਕੇ ਨਾਲ ਕਰਦੇ ਸੀ, ਲੇਕਿਨ ਅੱਜ ਦੇ ਟਾਈਮ ਤੇ ਨਾਮ ਹੋ ਗਿਆ ਬੇਬੀ ਸ਼ਾਵਰ। ਬੇਬੀ ਸ਼ਾਵਰ ਚ ਆਪਾਂ ਬੱਚਿਆਂ ਦੇ ਸ਼ੂਜ਼ ਖਰੀਦਦੇ ਪਏ ਹਾਂ ਫੋਟੋ ਸ਼ੂਟ ਵਾਸਤੇ, ਕੱਪੜੇ ਖਰੀਦਦੇ ਪਏ ਹਾਂ ਫੋਟੋ ਸ਼ੂਟ ਵਾਸਤੇ, 4D ਸਕੈਨ ਯੂਜ ਕਰਦੇ ਪਏ ਹਾਂ ਫੋਟੋ ਸ਼ੂਟ ਵਾਸਤੇ। ਉਹ ਪਹਿਲੇ ਨਹੀਂ ਸੀ, ਜੋ ਅੱਜ ਹੋ ਰਿਹਾ ਉਹ ਪਹਿਲੇ ਨਹੀਂ ਸੀ। ਉਹ ਪਹਿਲੇ ਟਪੋਸਲੇ ਮੈਂ ਲੈ ਕੇ ਨਹੀਂ ਚੱਲਦੀ। ਰਾਤ ਨੂੰ ਮੇਰਾ ਸਰਦੀਆਂ ਆ, ਹਵਾ ਚੱਲਦੀ ਪਈ ਆ, ਬਾਰਿਸ਼ 3-4 ਦਿਨ ਦੀ ਲਗਾਤਾਰ ਬਾਰਿਸ਼ ਹੁੰਦੀ ਪਈ ਹੈ। ਅੱਜ ਕਿੰਨੀ ਬਾਰਿਸ਼ ਹੈ, ਕਿੰਨੀ ਹਵਾ, ਤੇ ਕੀ ਮੈਂ ਰਾਤ ਦੇ ਟਾਈਮ ਤੇ ਬੱਚੇ ਦਾ ਬੋਰਨ ਹੋਏ ਤੇ ਮੈਂ ਉਹਨੂੰ ਇੱਦਾਂ ਲੈ ਕੇ ਬਹਿ ਜਾ, ਮਤਲਬ ਸ਼ੋਲ ਵਿੱਚ ਲਿਟ ਕੇ ਬੈਠੀ ਰਵਾਂ? ਉਹ ਮੈਂ ਸਭ ਤੋਂ ਵੱਡੀ ਗੱਲ ਆ, ਮੈਨੂੰ ਮੈਂ ਬੱਚੀ ਨਹੀਂ ਹੈਗੀ, ਮੈਨੂੰ ਸਭ ਪਤਾ। ਤੇ ਬਾਕੀ ਤੁਸੀਂ ਡਿਟੋਲ ਵਿੱਚ ਕੱਪੜੇ ਧੋਣ ਦੀ ਗੱਲ, ਮੈਂ ਕੱਪੜੇ ਧੋਣੇ ਨਹੀਂ ਹੈਗੇ ਕਿਉਂਕਿ ਨਿਊ ਕੱਪੜੇ ਮੈਂ ਬਾਹਰ ਹਵਾ ਚੱਲਦੀ ਵੀ ਕਿਤੇ ਇੱਧਰ ਉੱਧਰ ਹੋ ਜਾਣ, ਕਿਤੇ ਡਿੱਗ ਜਾਣ ਜਾਂ ਕੁਛ। ਮੈਨੂੰ ਪਤਾ ਮੈਂ ਡਿਟੋਲ ਦੀ ਆਲਰੇਡੀ ਸਪਰੇ ਮੰਗਾਈ ਹੋਈ ਹੈ, ਉਸ ਤੋਂ ਪਹਿਲਾਂ ਜਦੋਂ ਆਪਾਂ ਹੋਸਪਿਟਲ ਜਾਣਾ ਪਹਿਲੇ ਸਾਰੀ ਸਪਰੇ ਕਰਕੇ ਅੱਛੇ ਤਰੀਕੇ ਨਾਲ ਕਲੀਨ ਕਰਕੇ ਰੱਖ ਲੈਣੇ, ਉਹ ਪਤਾ ਮੈਨੂੰ। ਸੋ ਥੈਂਕ ਯੂ ਤੁਸੀਂ ਸੁਜੈਸਟ ਕੀਤਾ, ਬਟ ਪਿਛਲੀਆਂ ਚੀਜ਼ਾਂ ਨੂੰ ਮੈਂ ਲੈ ਕੇ ਨਹੀਂ ਚੱਲਣਾ, ਅੱਜ ਦੀ ਨਿਊ ਜਨਰੇਸ਼ਨ ਹੈ, ਅੱਜ ਕੱਲ੍ਹ ਇਹ ਚੀਜ਼ਾਂ ਨਹੀਂ ਹੁੰਦੀਆਂ। ਜਦੋਂ ਆਪਾਂ ਬੇਬੀ ਸ਼ਾਵਰ ਤੇ ਫੋਟੋਆਂ ਖਿਚਾਉਣ ਵਾਸਤੇ ਸ਼ੂਜ਼ ਖਰੀਦ ਸਕਦੇ ਹਾਂ, ਕੱਪੜੇ ਬੱਚਿਆਂ ਦੇ ਖਰੀਦ ਸਕਦੇ ਹਾਂ, ਤੇ ਫਿਰ ਇਹ ਕਿਹੜੀ ਡਰਾਮਾ ਹੋਇਆ ਕਿ ਇਹ ਕੱਪੜਾ ਨਹੀਂ ਪਵਾ ਸਕਦੇ ਜਾਂ ਕਿੱਦਾਂ? ਤੰਦਰੁਸਤੀ ਬਖਸ਼ੋ ਬੇਬੀ ਦੇ ਆਉਣ ਤੋਂ ਪਹਿਲਾਂ, ਦਾਦੀ ਮਾਂ ਬਿਲਕੁਲ ਤੰਦਰੁਸਤ ਹੋਣੇ ਚਾਹੀਦੇ ਆ। ਬੇਬੀ ਸ਼ਾਵਰ ਤੇ ਸਾਨੂੰ ਮੋਸਟਲੀ ਜਿੰਨੇ ਗਿਫਟ ਯਾਦਵੀ ਨੂੰ ਮਿਲੇ ਆ ਨਾ, ਮੋਸਟਲੀ ਉਹਨਾਂ ਵਿੱਚ ਸਾਰੇ ਬੇਬੀਜ਼ ਦੇ ਕੱਪੜੇ ਆ, ਹਨਾ। ਬੇਬੀਜ਼ ਦੇ ਬੈੱਡ ਹੈ, ਬੇਬੀਜ਼ ਦੇ ਕੱਪੜੇ ਹੈ, ਬੇਬੀਜ਼ ਦੇ ਸੌਕਸ ਹੈ, ਟੋਇਜ਼ ਹੈ, ਕੈਪਸ ਹੈ, ਇਵਨ ਬੋਟਲਸ ਤੱਕ ਦਿੱਤੀਆਂ, ਬੋਟਲਸ ਤੱਕ ਦਿੱਤੀਆਂ। ਤੇ ਹੁਣ ਮੈਂ ਉਹਨਾਂ ਨੂੰ ਕਿਹਾ, ਆਪ ਤੁਸੀਂ ਆਪਣੇ ਆਪਣੇ ਗਿਫਟ ਲੈ ਜਾਓ, ਬੱਚੇ ਆਉਣ ਤੋਂ ਪਹਿਲਾਂ ਮੈਂ ਕਿਹਦਾ ਗਿਫਟ ਨਹੀਂ ਰੱਖਣਾ। ਜਿਨ੍ਹਾਂ ਨੇ ਪਿਆਰ ਨਾਲ ਚੀਜ਼ਾਂ ਚੂਜ਼ ਕਰਕੇ ਦਿੱਤੀਆਂ ਹੈ, ਔਰ ਉਹਨਾਂ ਨੇ ਇਮੇਜਿਨ ਕੀਤਾ ਹੈਗਾ ਨਾ ਬੇਬੀ ਹੈ, ਬੇਬੀ ਵਾਸਤੇ ਲਈ ਹੈ, ਇੰਨੇ ਪਿਆਰ ਨਾਲ ਗਿਫਟ ਦਿੱਤੇ ਆ ਬੱਚੇ ਲਈ, ਤੇ ਮੈਂ ਵਾਪਸ ਦੇ ਦਾ? ਨਹੀਂ ਜੀ, ਮੈਂ ਨਹੀਂ ਲੈ ਸਕਦੀ। ਬੇਬੀ ਸ਼ਾਵਰ ਤੇ ਬੱਚਾ ਹੋਏਗਾ ਫਿਰ ਦੇ। ਅੱਜ ਕੱਲ੍ਹ ਇਹ ਚੀਜ਼ਾਂ ਨਹੀਂ ਹੈਗੀਆਂ। ਸੋ ਗੈਟ ਵੈਲ ਸੂਨ ਦਿਲ, ਸੋਨੀਆ ਮਾਂ ਦਿਲ। ਯਾਰ ਖੁਦ ਦੀ ਹੈਲਥ ਠੀਕ ਨਹੀਂ, ਫੇਰ ਵੀ ਸਾਰੇ ਘਰ ਦੀ ਫਿਕਰ ਕਰਦੇ ਆਪਣੀ, ਛੱਡ ਕੇ ਕਿ ਸਭ ਨੇ ਰੋਟੀ ਖਾ ਲਈ। ਇਨਫੈਕਟ ਕੋਕੋ ਐਂਡ ਐਡੀ ਦੀ ਵੀ ਦਿਲ, ਸੋ ਸਵੀਟ ਆਫ ਯੂ ਸੋਨੀਆ ਮਾਂ ਦਿਲ, ਡੋਂਟ ਵਰੀ, ਆਪਾਂ ਬੈਠੇ ਤੁਹਾਡੇ ਫਿਕਰ ਕਰਨ ਲਈ, ਤੁਹਾਨੂੰ ਬਲੈਸਿੰਗ ਦੇਣ ਲਈ। ਸਟੇ ਬਲੈਸ ਆਲਵੇਜ਼ ਆਲ ਆਫ ਯੂ ਐਂਡ ਮੋਰ ਰਿਸਪੈਕਟ ਫੋਰ ਸੋਨੀਆ ਮਾਂ ਦਿਲ। ਥੈਂਕ ਯੂ ਅੰਜਲ ਬੇਟਾ, ਮੈਨੂੰ ਡੇਲੀ ਨਾ ਪਤਾ ਹੁੰਦਾ ਕਿ ਅੰਚਲ ਨੇ ਕਮੈਂਟ ਜ਼ਰੂਰ ਕੀਤਾ ਹੋਣਾ। ਬਾਕੀ ਜੋ ਹੈਡ ਆਫ ਦਾ ਫੈਮਿਲੀ ਹੁੰਦਾ ਨਾ, ਉਹਨੂੰ ਸਭ ਦੀ ਫਿਕਰ ਹੁੰਦੀ, ਚਾਹੇ ਮੈਨੂੰ ਸਭ ਦੀ ਚਿੰਤਾ। ਥੈਂਕ ਯੂ ਬੇਟਾ, ਬਹੁਤ ਪਿਆਰ। ਸੋ ਅਗਲਾ ਸੰਚੀ ਦਾ ਕਮੈਂਟ ਹੈ, ਐਕਚੁਅਲੀ ਜਦੋਂ ਨਿਊ ਬੋਰਨ ਬੇਬੀ ਹੁੰਦਾ ਉਹਨੂੰ ਪੁਰਾਣੇ ਕੱਪੜੇ ਨਹੀਂ ਪਵਾਉਂਦੇ। ਇਹ ਚੀਜ਼ ਕਹਿੰਦੀ ਆ, ਇੱਕ ਮਿੰਟ, ਹੁਣੇ ਬੋਲਿਆ ਨਾ ਕਿ ਡਿਟੋਲ ਮਾਰ ਕੇ ਸਪਰੇ ਕਰਕੇ ਫਿਰ ਬੱਚੇ ਨੂੰ ਕੱਪੜੇ ਪਵਾਓ, ਹਾਲਾਂਕਿ ਨਿਊ ਕੱਪੜੇ ਹੈ, ਔਰ ਤੁਸੀਂ ਕੋਈ ਕਹਿੰਦਾ ਪਿਆ ਪੁਰਾਣੇ ਕੱਪੜੇ ਪਵਾਓ। ਇਸ ਕਰਕੇ ਨਾ ਮੈਂ ਇੱਥੋਂ ਥੋੜਾ ਫਰੈਸ਼ ਰਹਿਣਾ ਚਾਹੁੰਦੀ ਹਾਂ। ਮੈਂ ਫਿਰ ਕਹਿੰਦੀ ਪਈ ਹਾਂ, ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ, ਔਰ ਪਰਮਾਤਮਾ ਮੇਰੇ ਘਰ ਵੀ ਤੁਹਾਡੇ, ਤੁਸੀਂ ਸਾਰੇ ਇੰਨੇ ਜਣੇ ਹੈਗੇ ਹੋ, ਇੰਨੀ ਪਿਆਰੀ ਪਿਆਰੀ ਬਲੈਸਿੰਗ ਦਿੰਦੇ ਪਏ ਹੋ, ਇੰਨਾ ਪਿਆਰ ਦਿੰਦੇ ਪਏ ਹੋ, ਅਤੇ ਮੇਰਾ ਵਧੀਆ ਹੀ ਹੋਏਗਾ, ਚੰਗਾ ਹੀ ਹੋਏਗਾ, ਕਿਉਂਕਿ ਇੰਨਾ ਪਿਆਰ ਮਿਲਦਾ ਪਿਆ। ਸੋ ਮੈਂ ਇਹੀ ਆਖਾਂਗੀ ਕਿ ਹਰ ਇੱਕ ਦੇ ਘਰ ਦਾ ਆਪਣਾ ਮਾਹੌਲ ਹੁੰਦਾ, ਬਿਲਕੁਲ ਠੀਕ ਹੈ। ਔਰ ਮੇਰੀ ਸੋਚ ਹੈ, ਜਦੋਂ ਮੇਰੇ ਘਰ ਸਾਡੇ ਘਰ ਲੱਡੂ ਹੋਇਆ ਸੀ ਨਾ, ਤਾਂ ਉੱਧਰ ਲੱਡੂ ਬੋਰਨ ਹੋਇਆ ਸੀ, ਮੰਮੀ ਦੇ ਹੱਥ ਵਿੱਚ, ਅਤੇ ਮੈਂ ਫਟਾਫਟ ਕੱਪੜੇ ਲੈਣ ਗਈ ਐਨ ਮੌਕੇ 'ਤੇ, ਕਿਉਂਕਿ ਉਹ ਦਿਨ ਦਾ ਟਾਈਮ ਸੀ।
ਲੱਡੂ ਆਇਆ ਸੀ ਸਾਢੇ ਤਿੰਨ ਵਜੇ, 3:35 ਤੇ ਦੁਪਹਿਰ ਦੇ ਟਾਈਮ ਤੇ, ਤੇ ਉਸ ਟਾਈਮ ਤੇ ਸ਼ੋਪ ਖੁੱਲੀਆਂ। ਹੁਣ ਯਾਦਵੀ ਦੀ ਬੇਬੀ ਦਾ ਜੋ ਟਾਈਮ ਮੈਂ ਕੱਢਿਆ ਨਾ, ਉਹ ਰਾਤ ਦੇ ਟਾਈਮ ਤੇ ਮੈਨੂੰ ਦੱਸੋ ਮੈਂ ਬੱਚੇ ਨੂੰ ਕੀ ਪਾਵਾਂਗੀ, ਨਾਲੇ ਰਾਤ ਨੂੰ ਕਿੱਥੋਂ ਸ਼ੋਪ ਤੇ ਅੱਧੀ ਰਾਤ ਕਿੱਥੇ ਕੱਜ ਲਵਾਂਗੇ, ਨਾਲੇ ਸ਼ੋਪ ਸੀ ਬੰਦ। ਔਰ ਅਗਰ ਜਿੱਦਾਂ ਹੁਣ ਬਾਹਰ ਹਵਾ ਬਾਰਿਸ਼ ਠੰਡ ਹੈ, ਅਗਰ ਠੰਡ ਏਦਾਂ ਦਾ ਮਾਹੌਲ ਹੋਇਆ ਤੇ ਬੇਬੀ ਨੂੰ ਮੈਂ ਠੰਡ ਲੈਣੀ। ਸੋ ਇਸ ਕਰਕੇ ਮੈਂ ਜੋ ਮੈਨੂੰ ਪਤਾ ਮੈਂ ਕੀ ਕਰਨਾ, ਸੋ ਪਲੀਜ਼ ਸ਼ੇਅਰ ਕਰਾਂਗੀ, ਉਹ ਵਲੋਗ ਆ ਜਾਏਗਾ ਰਾਤ ਨੂੰ 10 ਵਜੇ। ਆਪਣਾ ਪਿਆਰ ਏਦਾਂ ਹੀ ਬਣਾ ਕੇ ਰੱਖਿਓ, ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਸੋ ਬਾਏ।